ਇੱਕ ਮੀਟਿੰਗ ਕੀਤੀ ਸੀ ਵੱਖ ਵੱਖ ਸਾਰੇ ਮਹਿਕਮੇ ਦੇ ਅਫਸਰ ਸਵਾਨਾਂ ਔਰ ਉਹਨਾਂ ਨੇ ਜੋ ਆਪਣੇ ਦਿਸ਼ਾ ਨਿਰਦੇਸ਼ ਦਿੱਤੇ ਆ ਉਹਦੇ ਤਹਿਤ ਅੱਜ ਅਸੀਂ ਕਾਦੀਆਂ ਦੇ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਜੋ ਕਰੋਨਾ ਵਾਇਰਸ ਜੋ ਇੱਕ ਬਹੁਤ ਹੀ ਭਿਆਨਕ ਬਿਮਾਰੀ ਚੱਲ ਰਹੀ ਹੈ ਪੂਰੇ ਦੇਸ਼ ਦੇ ਵਿੱਚ ਉਹਦੀ ਅਵੇਅਰਨੈਸ ਵਾਸਤੇ ਇੱਕ ਅਸੀਂ ਫਲੈਗ ਮਾਰਚ ਜਿਹੜਾ ਆ ਐਜ਼ ਏ ਸਾਡੇ ਮਾਨਯੋਗ ਐਸ ਐਚ ਓ ਸਾਹਿਬ ਜੀ ਹੈ ਕਮੇਟੀ ਘਰ ਦੇ ਮੈਂਬਰ ਮੁਲਾਜ਼ਮ ਸਵਾਰ ਨੇ ਉਹਨਾਂ ਦੇ ਨਾਲ ਅਸੀਂ ਸਾਰਿਆਂ ਨੂੰ ਗਾਈਡ ਕਰ ਰਹੇ ਹਾਂ ਵੀ ਜਿਹੜੀ ਵੀ ਆਪਣੀ ਦੁਕਾਨ ਹੈ ਉਹਦੇ ਬਾਹਰ ਜਿਹੜਾ ਸੈਨੇਟਾਈਜ਼ ਅਤੇ ਪਾਣੀ ਅਤੇ ਸਾਬਣ ਦਾ ਜਿਹੜਾ ਉਹ ਪ੍ਰਬੰਧ ਰੱਖਿਆ ਜਾਵੇ ਅਤੇ ਜੋ ਕੋਈ ਵੀ ਕਸਟਮਰ ਆਉਂਦਾ ਉਹਨੂੰ ਆਪਣੀ ਦੁਕਾਨ ਤੋਂ ਐਂਟਰ ਕਰਨ ਤੋਂ ਪਹਿਲੇ ਹੀ ਉਹਨੂੰ ਜਿਹੜਾ ਬਾਹਰ ਸੈਨੇਟਾਈਜ਼ ਕੀਤਾ ਜਾਵੇ ਅਤੇ ਆਪਣੀ ਦੁਕਾਨ ਦੇ ਅੰਦਰ ਕੋਈ ਵੀ 4 ਮੈਂਬਰ ਤੋਂ ਵੱਧ ਕਸਟਮਰ ਜਿਹੜੇ ਆ ਉਹ ਅੰਦਰ ਐਂਟਰ ਨਾ ਹੋਣ ਦਿੱਤੇ ਜਾਣ ਅਤੇ ਕੱਲ੍ਹ ਜਿਵੇਂ ਪੂਰਾ ਭਾਰਤ ਬੰਦ ਦਾ ਇੱਕ ਕਰਫਿਊ ਦਾ ਤੌਰ 'ਤੇ ਹੀ ਅਨਾਊਂਸ ਕੀਤਾ ਹੋਇਆ ਉਹ ਜਿਹੜਾ ਅਸੀਂ ਇਹਨਾਂ ਨੂੰ ਗਾਈਡ ਕਰ ਰਹੇ ਵੀ ਕੱਲ੍ਹ ਪੂਰਾ ਬੰਦ ਰੱਖਣਾ ਲੋਕ ਜਾਗਰਤ ਕਰਨ ਵਾਸਤੇ।